ਲੈ ਬੇਬੇ ਆਟਾ ਗੁੰਨ ਤਾਂ ਮੈਂ ਉਹ ਟੋਕਰੀ ਮੱਝ ਦੀ ਧਾਰ ਕੱਢ ਲਵਾਂ ਪਹਿਲਾਂ ਕੁਲਵਿੰਦਰ ਨੂੰ ਪਾਣੀ ਪਿਆ ਦੀ ਫੇਰ ਤਾਂ ਚੋਰੀ ਹਾਂ ਹਾਂ ਬੇਬੇ ਪਾਣੀ ਪਿਆ ਕੀ ਲੱਗੂਗੀ ਚੋਣ ਤਾਂ ਤੇ ਰੋਟੀ ਮੈਂ ਲੱਗਾ ਨਾ ਬੇਬੇ ਕੋਈ ਨਾ ਮੈਂ ਆ ਕੇ ਲੱਗ ਜੂਗੀ ਰੋਟੀ ਹਾਂ ਤੇ ਹਜੇ ਕੋਈ ਨਹੀਂ ਖਾਂਦਾ ਹੈਗਾ ਰੋਟੀ ਅੱਛਾ ਹਾਂ ਹੋਰ ਫਿਰ ਨਾਲ ਦੀ ਨਾ ਜਦੋਂ ਆ ਕੇ ਬਿੰਦਰ ਹੋਰੇ ਬਾਹਰੋਂ ਨਾ ਉਦੋਂ ਰੋਟੀ ਖਾ ਲੈਣਗੇ ਬਸ ਮੈਂ ਪਕਾ ਲੂੰਗੀ ਨਾਲ ਦੀ ਨਾ ਖਾ ਲੈਣਗੇ ਹਾਂ ਫਿਰ ਠੰਡੀ ਹੋ ਜਾਂਦੀ ਨਾਲੇ ਹਾਂ ਹੋਰ ਤੇ ਉਹੀ ਗੱਲ ਉਹ ਸੱਜਰ ਦਾ ਤਾਂ ਮੌਜ ਆ ਗਈ ਤੜਕੇ ਕੰਮ ਨਿਬੜ ਜਾਂਦਾ ਉਹ ਤਾਂ ਫਿਰ ਸੱਜਰ ਸੂਈ ਆ ਕਰਵਿੰਦਰੇ ਟੋਕੜ ਹੈ ਨਾ ਹਾਂ ਹੋਰ ਟੋਕੜਾ ਤਾਂ ਹੀ ਕਰਦੀਆਂ ਹੁੰਦੀਆਂ ਨੇ ਤਾਂ ਹੀ ਤਾਂ ਕਹਿੰਦੇ ਆ ਕਿ ਇਹ ਹੁਣ ਉਹੀ ਗੱਲ ਰੱਜ ਕੇ ਮਿਲੂਗੀ ਰੱਜ ਕੇ ਮਿਲੂ ਤਾਂ ਹੀ ਮੈਂ ਆਖਿਆ ਪਾਣੀ ਪੂਣੀ ਪਿਆਦਾ ਕਰ ਹਾਂ ਤੁਸੀਂ ਆਹ ਕਿਉਂ ਕੱਢ ਲਿਓ ਬੇਬੇ ਅੱਛਾ ਆਮਦਾਨੀ ਬੰਦ ਕਰਤੀ ਸੀ ਮੈਂ ਕੱਢ ਲਿਓ ਕਿਉਂ ਲੈ ਮਾਸੀ ਨੂੰ ਪੁੱਛ ਕੇ ਆਵਾਂ ਲੱਸੀ ਦੀ ਘੁੱਟ ਇੱਕ ਸੰਦੀਪ ਜੰਮੀ ਨਹੀਂ ਸਕਦਾ ਕੁਛ ਦੀਆਂ ਜੇ ਹੋਊਗੀ ਮਾਸੀ ਕਰੀ ਨੂੰ ਹਾਂ ਬੀਰਪਾਲ ਕਰੀਆਂ ਅੱਛਾ ਕੀ ਕਰੀ ਇਹਨੇ ਹੋ ਬਸ ਆਹੀ ਕੰਮ ਧੰਦਾ ਹੋ ਤਾਂ ਕੀ ਕਰਨਾ ਬੀਰਪਾਲ ਹਾਂ ਕੰਮ ਹੀ ਨਹੀਂ ਲੋਟ ਆਉਂਦੇ ਹੋਰ ਹੋਰ ਲੱਸੀ ਹੁੰਦੀ ਆਪਣੇ ਹਾਂ ਬੀਰਪਾਲ ਲੱਸੀ ਹੈਗੀ ਹੈ ਚੱਲ ਫਿਰ ਤਾਂ ਠੀਕ ਹੈ ਸੰਦੀਪ ਜਮੀ ਨਹੀਂ ਸਾਰਦਾ ਲੱਸੀ ਬਣਾ ਤਾਂ ਅੱਛਾ ਪੁੱਛ ਕਿਆ ਕਹਿੰਦਾ ਮਾਸੀ ਕੇ ਮੈਂ ਚੱਲ ਮੈਂ ਪੁੱਛ ਆ ਮੈਂ ਹੁਣੀ ਕਿਉਂ ਕੱਢ ਕੇ ਹਟੀ ਹਾਂ ਜੀ ਅੱਛਾ ਹਾਂ ਸਾਡੇ ਹੁਣ ਮਹਿਸ ਜੀ ਹਟ ਗਈ ਅੱਗੇ ਤਾਂ ਚੱਲ ਅਸੀਂ ਰੁੜਕ ਲੈਂਦੇ ਸੀਗੇ ਅੱਛਾ ਹਾਂ ਹੁਣ ਫਿਰ ਔਖਾ ਹੋਇਆ ਪਿਆ ਬਸ ਚਾਹ ਦੀ ਸਰਦਾ ਹੋਰ ਨਾਲੇ ਵੀਰਪਾਲ ਹੁਣ ਤਾਂ ਦੁੱਧ ਅੱਕਾਂ ਦਾ ਦੁੱਧ ਸੁੱਕਿਆ ਪਿਆ ਬਈ ਹੋਰ ਗਰਮੀ ਵੀ ਬੜੀ ਹੈ ਹੁਣ ਕਿੱਥੇ ਨੇਗੇ ਹੋਰ ਐਂ ਦੱਸ ਮੈਨੂੰ ਕੁਲਵਿੰਦਰ ਕਿੱਧਰ ਗਈ ਕੁਲਵਿੰਦਰ ਨਾ ਇੱਧਰ ਤੋਕੜ ਜੀ ਮੈਂ ਸਿੱਕ ਅੱਛਾ ਉਹਨੂੰ ਚੋਣ ਗਈ ਹੈਗੀ ਅੱਛਾ ਉਹ ਮਿਲਦੀ ਆ ਲੇਟ ਤੇ ਰੱਜ ਕੇ ਮਿਲਦੀ ਹੈਗੀ ਹਾਂ ਇਹੀ ਹਾਲ ਹੈ ਬਸ ਇੱਕ ਸੱਜਰ ਸੂਈ ਹੈਗੀ ਉਹ ਤਾਂ ਸੁੱਖ ਨਾਲ ਸੁਨੇਹਾ ਮਿਲ ਪੈਂਦੀ ਹੈ ਆਥਰੇ ਵੀ ਤੇ ਤੜਕੇ ਵੀ ਇਹ ਥੋੜੇ ਰੱਜ ਕੇ ਮਿਲਦੀ ਹੈ ਦੂਜੀ ਠੀਕ ਹੈ ਹੁਣ ਉਹ ਧਾਰ ਚੋਣ ਗਈ ਹੈ ਮਹਾ ਚੱਲ ਮੈਂ ਕਿਉਂ ਕੱਢ ਲਾਂ ਚੱਲ ਹਾਂ ਤੇ ਹਜੇ ਰੋਟੂ ਕੋ ਪਿਆ ਪਣਾਉਣ ਵਾਲਾ ਹੋਰ ਆਈ ਲੋਟਾਂ ਦੇ ਇੱਕ ਧੁੱਪੋ ਦੀ ਚੜ ਜਾਂਦੀ ਹੈ ਧੁੱਪ ਚੜ ਜਾਂਦੀ ਹੈ ਹੋਰ ਹੋਰ ਫਰਕ ਹੈ ਨਾ ਗਰਮੀ ਦਾ ਫਿਰ ਹੋਰ ਗਰਮੀ ਬਾਲੀ ਹੈ ਹੋਰ ਲੈ ਕੋਈ ਲੱਸੀ ਦਾ ਤਾਂ ਪੁੰਨ ਹੁੰਦਾ ਹੈਗਾ ਹਾਂ ਲੱਸੀ ਸੀ ਦਿੰਦਾ ਪੀ ਕੇ ਗਰਮੀ ਦਾ ਮਹੀਨਾ ਹੈਗਾ ਪੁੰਨ ਲੱਗਦਾ ਹੈਗਾ ਲਾਸ ਕਰਕੇ ਆਉਂਦਾ ਵਾ ਕਿਉਂ ਤਾਂ ਇੱਥੇ ਰੱਖਦਾ ਫੇਰ ਤੱਤਾ ਧਰੂ ਗਰਮੀ ਵਾਲੀ ਹੋ ਰਹੀ ਵੀ ਪਰ ਲੈ ਚੱਲ ਫਿਰ ਤਾਂ ਜੇ ਹੁੰਦੀ ਹੈ ਲੱਸੀ ਮੈਂ ਉਰੀ ਲੈ ਜਾ ਕਰੂੰ ਪਵਾ ਕੇ ਦੂਰ ਜਾਣਾ ਔਖਾ ਨਾ ਲੈ ਜਾ ਕਰ ਵੀ ਭਾਲ ਆਪਣੀ ਹੁੰਦੀ ਹੈ ਲੱਸੀ ਤਾਂ ਠੀਕ ਹੈ ਹਾਂ ਆ ਬੂਟਾ ਜਾਂ ਕਿਵੇਂ ਚੀਕੂ ਜੇ ਲੱਗ ਰਹੇ ਨੇ ਵਧੀਆ ਪੱਕ ਗਏ ਹਾਂ ਵੀ ਚੀਕੂ ਲੱਗ ਰਹੇ ਨੇ ਹਾਂ ਅੱਛਾ ਵਧੀਆ ਪੱਕ ਗਏ ਹਾਂ ਨਾ ਇਹ ਤੋੜ ਕੇ ਨਾ ਪਕਾਉਣੇ ਪੈਂਦੇ ਨੇਗੇ ਅੱਛਾ ਐਂ ਨਹੀਂ ਪੱਕਦੇ ਹੈਗੇ ਦੱਬਣੇ ਦੁੱਬਣੇ ਦੱਬਣੇ ਪੈਂਦੇ ਨੇਗੇ ਦਵਾਈ ਪਾ ਕੇ ਕਣਕ 'ਚ ਅੱਛਾ ਕਣਕ ਹਾਂ ਕਈ ਦਿਨ 4-5 ਦਿਨ ਦੱਬ ਕੇ ਨਾ ਉਦੋਂ ਬਾਅਦ ਫਿਰ ਅਸੀਂ ਕੱਢ ਕੇ ਫਿਰ ਧੋ ਕੇ ਫਿਰ ਖਾਂਦੇ ਆਂਗੇ ਹਾਂ ਠੀਕ ਆ ਚੱਲ ਵਧੀਆ ਫਿਰ ਹਾਂ ਹਾਂ ਹੋਰ ਹੁਣ ਨਾਲ ਘਰੇ ਆ ਨਾਲੇ ਘਰੇ ਆ ਹੋਰ ਹੁਣ ਨਾਲੇ ਠੀਕ ਆ ਮਾਸੀ ਲੱਗੇ ਹੋਏ ਹਾਂ ਠੀਕ ਹੈ ਚੰਗਾ ਭਾਈ ਚੰਗਾ ਵੀ ਪਾ ਲੈ ਤਾਂ ਇਹ ਰਹਿੰਦਾ ਵੀ ਕਿਤੇ ਹੋਰ ਮੰਗ ਨਾ ਲਵੇ ਨਹੀਂ ਅੰਗੂਰ ਵੀ ਲੱਗ ਰਹੇ ਨੇ ਅੰਗੂਰ ਜੇ ਵੀ ਲੱਗ ਰਹੇ ਨੇ ਨਾ ਇਹ ਤਾਂ ਪੱਕੇ ਪਏ ਨੇ ਨਾ ਵੀਰ ਭਾਲ ਇਹ ਵੀ ਕੱਚੇ ਨੇ ਹਜੇ ਅੱਛਾ ਕੱਚੇ ਨੇ ਹਾਂ ਪੱਕੇ ਨਹੀਂ ਹੈਗੇ ਠੀਕ ਹੈ ਹਾਂ ਹਜੇ ਕੱਚੇ ਨੇਗੇ ਠੀਕ ਹੈ ਲੈ ਆਏ ਵੀ ਕਿਤੇ ਹੋਰ ਮੰਗ ਨਾ ਲਵੇ ਪਹਿਲੀ ਕਹਿੰਦੀ ਕੱਚੇ ਨੇ ਚੀਕੂਆਂ ਨੂੰ ਵੀ ਕਹਿੰਦੀ ਅੰਗੂਰਾਂ ਨੂੰ ਵੀ ਕਹਿੰਦੀ ਚੀ ਲੈਣ ਤਾਂ ਭਾਈ ਆਲੀ ਆ ਜਾਂਦੇ ਦੇਖ ਲੈ ਚੀਕੂ 'ਚ ਨਿਗਾਹ ਮਾਰ ਗਈ ਕਿਧਰੇ ਅੰਗੂਰਾਂ 'ਚ ਮਾਰ ਗਈ ਵੀ ਤੂੰ ਲੱਸੀ ਦੀ ਘੁੱਟ ਲੈਣ ਆਈ ਆ ਤੂੰ ਲੈ ਕੇ ਮੁੜ ਜਾ ਤਾਂ ਹੀ ਤਾਂ ਲੋਕ ਚਿੱਟਾ ਜਵਾਬ ਦੇ ਦਿੰਦੇ ਨੇਗੇ ਸਿੱਧੇ ਜਵਾਬ ਦੇ ਦਿੰਦੇ ਨੇਗੇ ਦੱਸ ਮੈਨੂੰ ਲੈ ਚੀਕੂ ਲੱਗ ਰਹੇ ਨੇ ਮਾਸੀ ਅੰਗੂਰ ਲੱਗ ਰਹੇ ਨੇਗੇ ਗੱਲ ਲੈ ਕੋਈ ਵੀ ਤੂੰ ਲੱਸੀ ਦੀ ਘੁੱਟ ਲੈਣ ਆਈ ਆ ਤੂੰ ਮੁੜ ਜਾ ਕੇ ਅੰਗੂਰਾਂ 'ਤੇ ਤਾਂ ਚੀਕੂ ਦੱਸ ਤੂੰ ਕੀ ਮੰਗਦੀ ਹੈਗੀ ਘੰਟਾ ਲੱਗ ਗਿਆ ਦਿੰਦੀ ਤਾਂ ਹੈਗੀ ਸਿਰ ਡੂਢ ਸਿਰ ਉਹ ਤੋਂ ਵੱਧ ਟਾਈਮ ਲਵਾ ਦਿੰਦੀ ਹੈ ਨਾ ਹੁਣ ਛੱਡਣ ਜੋਗਰੇ ਮਸਾਂ ਦੁੱਧ ਹੁਣ ਮਿਲਦਾ ਅੱਜ ਕੱਲ੍ਹ ਬੁਲਾ ਹੀ ਟਾਈਮ ਲੱਗਾ ਹਨਾ ਕੁਲਵਿੰਦਰ ਹੋਰ ਬੇਬੇ ਮੈਂ ਤਾਂ ਆਪ ਇਹੀ ਗੱਲ ਕਰਦੀ ਹੁੰਦੀ ਹਾਂ ਹੋਰ ਕਿਹੜਾ ਵੇਲਾ ਹੋ ਗਿਆ ਦੂਰ ਸੇਰ ਦੁੱਧ ਦਿੱਤਾ ਹੈ ਹਾਂ ਘੰਟਾ ਲਵਾ ਘੰਟਾ ਲਵਾ ਤਾਂ ਨਾ ਦੂਜਾ ਕੰਮ ਨੂੰ ਕਿਹੜਾ ਹੋ ਜਾਂਦਾ ਹੈ ਉਹੀ ਤਾਂ ਗੱਲ ਹੈ ਹੁਣ ਆ ਇਹਨੂੰ ਛੱਡਣ ਜੋਗਰੇ ਕਾ ਅੱਜ ਕੱਲ ਦੁੱਧ ਨਹੀਂ ਮਿਲਦਾ ਦੁੱਧ ਤਾਂ ਇਹ ਬਹੁਤ ਵਧੀਆ ਹੈਗਾ ਹੋਰ ਇੱਕ ਤੋਕੜ ਦਾ ਹੈ ਹਾਂ ਇਹ ਤਾਂ 1.5 ਕਿਲੋ ਦੁੱਧ 5 ਕਿਲੋ ਤੋਂ ਵੱਧ ਹੈ ਹਾਂ ਕਿਉਂ ਤੋਕੜ ਨਾਲ ਆਪਣੀ ਮੱਖਣੀ ਆਉਂਦੀ ਇੰਨੀ ਤਾਂ ਇਹ ਤਾਂ ਉਹੀ ਤਾਂ ਕਿਉਂ ਆਉਂਦਾ ਕੁਛ ਨਹੀਂ ਹੁੰਦਾ ਮੱਖਣੀ ਤਾਂ ਆਉਂਦੀ ਹੈ ਬੇਬੇ ਟਾਈਮ ਦੇਖਣਾ ਪਹਿਲਾਂ ਤਾਂ ਪਾਣੀ ਪਿਆ ਹੋਰ ਫਿਰ ਚੋਈਏ ਧਾਰ ਫਿਰ ਉਹਨੂੰ ਚਾਟ ਲਈ ਤੇ ਫਿਰ ਉਹ ਮਸਾਂ ਲਹਾਇਆ ਉਹ ਤਾਂ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਪੈਰ ਦੁਖਾਣ ਲੱਗ ਪੈਰ ਸੌਂਗੇ ਹੋਣਗੇ ਹੋਰ ਕੀ ਬਣੇ ਭਾਈ ਹਾਂ ਉਹ ਤੁਸੀਂ ਬੋਲੀ ਜਾਂਦੇ ਸੀ ਮੈਂ ਸੁਣੀ ਜਾਂਦੇ ਸੀ ਉਹਦੇ ਪਿੱਛੇ ਮੈਂ ਤਾਂ ਵੀਰਪਾ ਨਾਲ ਬੋਲਦੀ ਸੀ ਸੰਦੀਪ ਦੇ ਘਰ ਵਾਲੀ ਲੱਸੀ ਲੈਣ ਆਈ ਸੀ ਅੱਛਾ ਤੇ ਮਾਸੀ ਮਾਸੀ ਮਹਾਂ ਭਾਈ ਦੱਸ ਕੰਮ ਕਹਿੰਦੀ ਮਾਸੀ ਥੋੜੇ ਮੈਂ ਤਾਂ ਲੱਸੀ ਲੈਣ ਆਈ ਲੱਸੀ ਹੈਗੀ ਆ ਮਹਾਂ ਭਾਈ ਲੱਸੀ ਸੁੱਖ ਨਾਲ ਹੈਗੀ ਆ ਦੋ ਮੱਝਾਂ ਦਿੰਦੀਆਂ ਨੇ ਹਾਂ ਤੇ ਮਹਾਂ ਲੈ ਜਾ ਕਰ ਲੱਸੀ ਦਾ ਤਾਂ ਕੀ ਹੈ ਮਹਾਂ ਗਰਮੀ ਦੇ ਮਹੀਨੇ ਤਾਂ ਲੱਸੀ ਵਧੀਆ ਹੁੰਦੀ ਹੈ ਜੇ ਕੋਈ ਦੇਵੇ ਪੁੰਨ ਲੱਗਦਾ ਹੋਰ ਹੁਣ ਇਹ ਤਾਂ ਹੈਗਾ ਬੇਬੇ
ਤੇ ਜਾਂਦੀ ਜਾਂਦੀ ਜਦੋਂ ਮੈਂ ਲੱਸੀ ਪਾ ਕੇ ਦੇਤੀ ਹੱਥ ਚੀ ਤੀ ਮੇਰੇ ਤਾਂ ਪਤੀਲੀ ਘਿਓ ਕੱਢ ਕੇ ਘਿਓ ਕੱਢੀ ਜਾਂਦੇ ਸੀ ਅੱਛਾ ਉਦ ਨਹੀਂ ਗਾ ਮਾਰ ਗਈ ਚੀਕੂ ਮੈਨੂੰ ਅੱਛਾ ਆਖੇ ਮਾਸੀ ਤੁਹਾਡੇ ਚੀਕੂ ਲੱਗ ਰਹੇ ਨੇ ਮੈਂ ਹਾਂ ਭਾਈ ਤੁਹਾਡੇ ਚੀਕੂ ਲੱਗੇ ਹੋਏ ਨੇਗੇ ਹਾਂ ਪੱਕੇ ਹੋਏ ਨੇ ਮੈਂ ਕਿੱਥੋਂ ਪੱਕੇ ਨੇਗੇ ਹਾਂ ਇਹ ਤਾਂ ਤੋੜ ਕੇ ਮਹਾਂ ਵੀਰ ਪਾਲ ਪਕਾਉਣੇ ਪੈਂਦੇ ਨੇਗੇ ਦਵਾਈਆਂ ਦੁਵਾਈਆਂ ਪਾ ਕੇ ਅੱਛਾ ਪੰਜ ਚਾਰ ਦਿਨ ਮਹਾਂ ਫਿਰ ਧੋ ਕੇ ਖਾਣੇ ਪੈਂਦੇ ਨੇ ਦਵਾਈਆਂ ਲਾ ਕੇ ਮਹਾਂ ਸਗੋਂ ਆਪਣੇ ਬਣਦੇ ਨੇ ਤਾਂ ਹਾਂ ਫਿਰ ਕੀ ਇਧਰੋਂ ਸੜਾਇਆ ਖੜਾ ਮੈਂ ਤਾਂ ਫਿਰ ਗਾਹਾਂ ਅੰਗੂਰਾਂ ਕਰੀ ਨਿਗਾਹ ਮਾਰ ਲਈ ਅੱਛਾ ਆਖੇ ਮਾਸੀ ਸੁਰ ਤੱਕ ਅੰਗੂਰ ਵੀ ਪੱਕੇ ਪਏ ਨੇ ਮਹਾਂ ਵੀਰ ਪਰ ਪੱਕੇ ਨੇ ਅੰਗੂਰ ਤਾਂ ਕੱਚੇ ਨੇ ਹਲੇ ਹਾਂ ਹਾਂ ਕੱਚੇ ਨੇ ਉਹ ਤਾਂ ਪੀਲੇ ਜੇ ਹੋਏ ਪਏ ਨੇ ਹਾਂ ਹਾਂ ਮਾਹੌਲ ਹੋਰ ਪੱਕਣਗੇ ਹਾਂ ਤੇ ਲੱਸੀ ਪਿੱਛੇ ਜਿਵੇਂ ਕਹਿੰਦੀ ਲੱਸੀ ਦਾ ਤਾਂ ਪੁੰਨ ਹੁੰਦਾ ਕੁਲਵਿੰਦਰ ਜੇ ਕੋਈ ਲੈਣ ਆਵੇ ਤਾਂ ਦੇਵੇ ਹੋਰ ਗਰਮੀ ਦੇ ਮਹੀਨੇ ਜਦੋਂ ਦੇਖੇ ਹਾਂ ਠੰਡੀ ਲੱਸੀ ਪੀਂਦਾ ਸੌ ਸੀ ਹਾਂ ਚੱਲ ਜੇ ਨਹੀਂ ਆਲਮ ਉਹ ਕਹਿੰਦਾ ਤਸੀਸ ਢਿੱਡੋ ਤਾਂ ਸੀਸ ਦਿੰਦੇ ਹੀ ਹੈ ਹਾਂ ਆਹ ਗੱਲ ਸੀ ਹੋਰ ਤਾਂ ਮੈਂ ਕਾਦੇ ਨਾਲ ਬੋਲਣਾ ਸੀ ਕਿਸੇ ਨਾਲ ਹਾਂ ਮੈਂ ਵੀ ਇੱਕ ਨੂੰ ਬੇਬੇ ਫਤਨ ਕੀ ਕਰੀ ਜਾਂਦੀ ਚੱਲ ਮੈਂ ਰੋਟੀ ਬਣਾਉਣੀ ਹੈ ਮੈਂ ਦੁੱਧ ਸਾਂਭਦੀ ਹਾਂ ਠੀਕ ਆ ਵੀ ਭਾਂਡੇ ਪਏ ਨੇ ਹਜੇ ਚੱਲ ਧੁੱਪੇ ਤਾਂ ਨਹੀਂ ਕੁਛ ਹੁੰਦਾ ਇੱਥੇ ਦੋ ਭਾਂਡੇ ਨੇ ਜਿਹੜੇ ਮਾਂ ਜੀ ਦਿੰਦੀ ਹਾਂ ਮੈਂ ਹੋਰ ਫਿਰ ਉਹਨੂੰ ਵੀ ਔਖਾ ਇਕੱਲੀ ਨੂੰ ਬਸ ਬਾਹਰ ਤਾਂ ਬਾਹਰ ਖੜਾ ਨਹੀਂ ਹੁੰਦਾ ਭਾਈ ਧੁੱਪ ਬਾਹਲੀ ਹੈ ਬਾਹਲੀ ਸਵੇਰਾ ਹੋ ਜਾਂਦਾ ਕੰਮਾਂ ਨੂੰ ਕੀ ਕਰੀਏ ਨਾਲ ਤਾਂ ਆਪ ਤੁਰੀ ਫਿਰਦੇ ਨਾਲ ਮੈਂ ਨਾਲੇ ਉਹਨੂੰ ਬਹਿੰਦੀ ਕਿਸੇ ਵੇਲੇ ਵੀ ਤਾਂ ਵੀ ਨਹੀਂ ਰੋਟ ਆਉਂਦਾ ਕੰਮ ਬਸ ਚੱਲ ਕੋਈ ਨਾ ਪਿੰਡ ਪਿੱਛੋਂ ਬਹਿ ਜੂੰਗੀ ਮੈਂ ਹੋਰ ਸਹਾਰਾ ਲੱਗ ਜੂ ਉਹਨੂੰ ਪਾਣੀ ਠੀਕ ਕਰਦਾ ਨਹੀਂ ਫਿਰ ਇਹ ਤਾਂ ਆ ਕੇ ਮਾਂਜਲੇ ਬੈਠਣਗੇ ਪੂਰੇ ਆ ਕੇ ਉਹਨੂੰ ਕੁਲਵਿੰਦਰ ਨੂੰ ਲੈ ਭਾਈ ਆ ਤਾਂ ਨਿਬੇੜਤਾ ਕੰਮ ਚੱਲ ਦਮ ਲੈਂਦੇ ਅੰਦਰ ਬੈਠਦੀ ਹਾਂ ਹੋਰ ਗੱਲ ਸਹਾਰਾ ਲੱਗ ਗਿਆ ਇੰਨੇ ਕੁ ਨਾਲ ਹੀ ਫਰਕ ਪੈ ਜਾਂਦਾ ਓਹੋ ਬਾਹਲੀ ਗਰਮੀ ਹੈ ਭਾਈ ਬਾਹਰੇ ਤਾਂ ਬਾਹਲੀ ਗਰਮੀ ਹੈਗੀ ਇੱਥੇ ਤਾਂ ਆਰਾਮਦਾਰੀ ਹੈਗੀ ਓਹੋ 9 ਵਜੇ ਨੇ ਐਂ ਲੱਗਦਾ ਜਿਵੇਂ ਪੁੱਤਿਆਂ ਦਾ 12-1 ਵਜਾ ਹੁੰਦਾ ਗਾ ਭਾਈ ਆਹ ਮਹੀਨਾ ਤਾਂ ਬਾਹਲੀ ਔਖਾ ਲੱਗਦਾ ਗਾ ਜੇਠ ਦਾ ਮਹੀਨਾ ਤਾਂ ਓਹੋ ਮੱਚ ਗਏ ਉਹ ਕੁਲਵਿੰਦਰ ਤਾਂ ਨਹੀਂ ਕੀ ਹਜੇ ਭਾਂਡਾ ਪਿਆ ਨੇ ਮੰਜਣ ਵਾਲੇ ਭਾਂਡਾ ਠੀਕ ਕਰ ਰਸੋਈ ਵੀ ਮਿਲਾ ਤਾਂ ਰਹਿੰਦੀ ਉਸ ਮਾਰਨ ਵਾਲੀ ਕੀ ਕਰੇ ਭਾਈ ਔਖਾ ਗਾ ਚੱਲ ਕੁਛ ਨਹੀਂ ਹੁੰਦਾ ਅੱਜ ਕੁੜੀਆਂ ਨੂੰ ਤਾਂ ਕਾਹਨੂੰ ਗਰਮੀ ਲੱਗਦੀ ਬੁੜੀਆਂ ਨੂੰ ਲੱਗਦੀ ਹੈਗੀ ਕੁੜੀ ਕੱਤਰੇ ਨੂੰ ਕਿੱਥੇ ਗਰਮੀ ਲੱਗਦੀ ਹੈ ਕੁਲਵਿੰਦਰ ਮਾੜਾ ਜਿਹਾ ਜਲਦੀ ਕਰਕੇ ਨਾ ਸੁੰਬਰ ਕੇ ਕਹਾਲ ਜੀ ਨਾਲ ਤੇ ਦਮ ਲੈ ਲੈ ਹਾਂ ਬੇਬੇ ਬਸ ਆਹ ਝਾੜੂ ਜਿਹਾ ਲਾ ਕੇ ਪੋਚੀ ਦੇ ਗਏ ਗਰਮੀ ਵਾਲੀ ਹੋ ਰਹੀ ਹੈਗੀ ਹੋਰ ਗਰਮੀ ਤਾਂ ਵਾਲੀ ਹੈ ਬੇਬੇ ਅਜੇ ਤਾਂ ਤੇ ਉਹ ਬਿੰਦਰ ਰੋਟੀ ਖਾਣਾ ਆ ਰੋਟੀ ਖਾ ਗਏ ਬੇਬੇ ਅੱਛਾ ਹਾਂ ਖਾ ਗਏ ਰੋਟੀ ਉਹ ਮੈਨੂੰ ਪਤਾ ਲੱਗਿਆ ਉਹ ਰੋਟੀ ਤਾਂ ਖਾ ਗਏ ਬੇਬੇ ਉਹਨਾਂ ਥੋੜੇ ਜਿਹੇ ਕਹਾਲ ਨਾਲ ਵੀ ਮੁੜ ਗਏ ਅੱਛਾ ਹਾਂ ਖੇਤ ਕਹਿੰਦੇ ਲਾਈਟ ਆ ਰਹੀ ਹੈਗੀ ਅੱਛਾ ਪਹੁੰਚ ਪਾਣੀ ਛੱਡਿਆ ਜੀ ਕਹਿੰਦੇ ਤੜਕੇ ਕੱਢ ਕੇ ਆਏ ਸੀਗੇ ਹੋਰ ਕੀ ਕਰੇ ਉਹ ਵੀ ਜ਼ਰੂਰੀ ਹੈ ਕੰਮ ਹਾਂ ਹੋਰ ਤਾਂ ਹੀ ਕਹਾਲ ਨਹੀਂ ਮੁੜ ਗਏ ਫਿਰ ਹਾਂ ਹਾਂ ਅੱਛਾ ਚਲੋ ਉਹ ਵੀ ਭਾਈ ਹੱਕ ਹੀ ਆ ਫਿਰ ਆਪਣਾ ਪਾਣੀ ਦਾ ਔਖਾ ਹੋ ਜਾਂਦਾ ਜੇ ਲਾਈਟ ਲੂਟ ਪਾਗ ਜਾਂਦੀ ਫਿਰ ਪਾਣੀ ਦਾ ਔਖਾ ਹੋ ਜੂਗਾ ਹੋਰ ਬੇਬੇ ਇਹ ਤਾਂ ਹੈਗੀ ਹੈ ਬਹੁਤਾਂ ਨੇ ਪਾਣੀ ਤੀ ਹੁੰਦੀ ਹੈ ਪਾਣੀ ਤੇ ਹਾਂ ਪਾਣੀ ਤੇ ਹੁੰਦੀ ਹੈ ਜੇ ਤੱਤਾ ਪਾਣੀ ਬਾਅਦ ਚ ਰਹਿ ਜਾਏ ਕਹਿੰਦੇ ਤਾਂ ਵੀ ਮੱਚ ਜਾਂਦੀ ਹੈ ਮੱਚ ਜਾਂਦੀ ਹੈ ਮੱਚ ਜਾਂਦੀ ਹੈ ਹਾਂ ਇਹ ਤਾਂ ਵਾਰੀ ਗੌਰ ਰੱਖਣੀ ਪੈਂਦੀ ਹੈ ਬਹੁਤ ਸਾਰੇ ਕੰਮ ਔਖੇ ਨੇ ਕੁਲਵਿੰਦਰ ਗੱਲ ਸੱਚੀ ਹੈ ਵੀ ਕੰਮ ਤਾਂ ਕੋਈ ਨਹੀਂ ਸੌਖਾ ਕਿਤੇ ਕਰਨੇ ਕਿਹੜਾ ਸੌਖੀਆਂ ਨੇ ਹਾਂ ਖੂਨ ਤੋਂ ਪਾਣੀ ਬਣ ਜਾਂਦਾ ਹੈਗਾ ਭਾਈ ਤਾਂ ਹੀ ਤਾਂ ਉਹ ਤਾਂ ਹੀ ਫਿਰ ਛੇਤੀ ਵੀ ਮੁੜ ਗਏ ਉਧਰੀ ਬਾਹਰ ਅੱਛਾ ਚਲੋ ਕੋਈ ਨਾ ਚਾਹ ਤਾਂ ਰੋਟੀ ਤਾਂ ਖਾ ਗਿਆ ਜੇ ਹੋਈ ਨਹੀਂ ਭੁੱਖਾ ਤਾਂ ਰਿਹਾ ਰੋਟੀ ਖਾ ਗਈ ਹਾਂ ਆ ਕੱਢ ਕੇ ਕੂੜਾ ਬਸ ਦਮ ਲੈ ਲਾ ਆਪਦਾ ਇਹ ਤਾਂ ਮੁੱਕਦੀ ਨਹੀਂ ਹੈਗੀ ਕੰਮ ਸਾਰਾ ਦਿਨ ਠੀਕ ਹੈ ਬੇਬੇ ਬਸ ਹੁਣ ਮੈਂ ਪੋਚੇ ਲਾ ਜੇ ਬਿਮਾਰ ਹੋ ਗਿਆ ਔਖਾ ਹੋ ਜੂ ਮੈਨੂੰ ਕੰਮ ਨਹੀਂ ਹੋਣਾ ਮੇਰੇ ਤੋਂ ਤਾਂ ਭਾਈ ਲੈਣ ਤੈਨੂੰ ਪਾਣੀ ਤਾਂ ਨਹੀਂ ਪਿਆ ਤਾਂ ਤੇਜ਼ਾ ਕਰ ਦੁੱਧ ਦੀ ਘੁੱਟ ਆ ਜਾ ਨਾਲ 2 ਡੱਬੇ ਪਾਣੀ ਦੇ ਪਾ ਦੂੰਗੀ ਤੁਰਿਆ ਤੁਰ ਪੈ ਕਿਹੜਾ ਤੁਰਦੀ ਹੈ ਲੈ ਪਾਵਾਂ 2-2 ਡੱਬੇ ਉੱਤੇ ਪਾਣੀ ਦੇ ਦੇ ਦਿਆ ਕਰ ਦੁੱਧ ਦੀ ਘੁੱਟ ਨਾ ਦੁੱਧ ਦੀ ਘੁੱਟ ਦੇਵੇ ਇਹਨੇ ਅੱਡ ਬਾਦਲੇ ਲੈ ਰੱਖੇ ਨੇ ਲੋਕਾਂ ਦੀ ਲੱਸੀ ਨੂੰ ਜਾਣਾ ਪੈਂਦਾ ਆਲਾ ਨਾਲ ਦੇ ਦਿੰਦਾ ਘੁੱਟ ਨਾਲ ਨੱਕ ਬੁੱਲ ਕੱਢਦਾ ਮਾਂ ਨੂੰ ਆਪਦੇ ਘਰੇ ਹੋਵੇ ਕਿੱਥੇ ਦਾ ਦੁੱਧ ਬਾਅਦ ਵਧੀਆ ਲੈ ਆ ਜਾ ਤੈਨੂੰ ਪਰਾਂ ਬੰਨ ਕੇ ਆਵਾਂ ਦੁੱਧ ਨਹੀਂ ਬਾਜ ਨਹੀਂ ਦਿੰਦੀ ਇਹਨਾਂ ਨੇ ਅੱਡ ਬਾਦਲੇ ਲੈ ਰੱਖੇ ਨੇ ਹਜੇ ਚੁੱਲ੍ਹਾ ਚੌਂ ਤਰ੍ਹਾਂ ਸੁੰਬਰਨ ਵਾਲਾ ਪਿਆ ਤਪਾ ਆਉਂਦੀਆਂ ਇਹ ਨੇ ਉੱਤੋਂ ਪੁਰਾਂ ਆ ਜਾ ਖੜ ਜਾ ਇੱਥੇ ਹਜੇ ਚੁੱਲ੍ਹਾ ਚੌਕਾ ਸੁੰਬਰਨ ਜਾ ਕੇ ਦੇਖੀ ਨੇਰੀਆਂ ਨੇ ਉਦੋਂ ਬਾਦਲੇ ਲੈ ਰੱਖੇ ਨੇ ਕਿੱਡਾ ਕਿੱਡਾ ਚੜ੍ਹਿਆ ਰੋਜ਼ ਆ ਜਾਂਦੀ ਹੈ ਨੇਰੀ ਉਦੋਂ ਚੜ੍ਹ ਕੇ ਕਿਵੇਂ ਬੁਰਾ ਹਾਲ ਹੋਇਆ ਕੋਈ ਕਹਿ ਦੂ ਵੀ ਇੱਥੋਂ ਸੁੰਬਰਿਆ ਜੀ ਚੜ੍ਹ ਕੇ ਇੰਨੀ ਨਹੀਂ ਚੜ੍ਹ ਗਈ ਤੂੜ ਖਾਨਾ ਇੱਕ ਪਸ਼ੂਆਂ ਕਣੀਓ ਤੂੜੀ ਆ ਜਾਂਦੀ ਹੈ
ताए करूंगी बेबे के अंगूर बुलाए सोने लग रहे थी। मैं तो जाऊंगी तड़के, मेरे तो देख के अंगूरा मुँह च पानी भरया है। मैं तो लाऊंगी दाज लग्या, वो तो अंदर वड़ जाने ने करके कम, उन्होंने बड़ा पता लगता। देखूंगी जाऊंगी, ये तो कम करना ही पेगा। जो तो जी कर दे फिर क्यों जी छड़ना। चक सुंबर है गया, सुंबर के तो चल नबेड़ा कम तेरी पाव। रब ने सारा जोर ही ला रखा है, इन्नी गर्मी पी दस बजे ने सामना नहीं लगता। आ गया बिंदर, तो सच्ची आ गया। माए सी रास्ता चलता, खबर किसी का होर हो गए। आ गया बिंदरा? हाँ बे आ गया। की करके आए? पौधर मार के आए हैं। होर पौध च पानी छट के आए, पौध कर रहे बे बाली औखी है। ये तो जवाखा तो भी बद रखनी पैंदी है। होर गौर वही तो है। हाँ ये तो पहले प्यौन वेले देखनी पैंदी कि घूर बज गया। होर किन्ने के हिसाब ना पानी लैट कदों आऊगी, कदों आऊगी, बड़ा मत्था मारना पैंदा। फिर उही गल होगी, जवाक नहीं आप मसा पाल देंगे। उही गल जवाका कम है, पानी वध पै जाए तां मर जांदी है। दुपहरे पानी तो पलग जाए तां मच जांदी है, मच जांदी है। इक अधी गर्मी बड़ी है, बड़ी गर्मी है, बड़ी ज्यादा गर्मी है। चल बिंदर गौर रखो, कुलविंदर काम धंधा करके पैगी हूँ। हाँ पानी लिया के देवा? होर पानी ले, मैं पानी लिया के देनी है। चल मैंने पीया ना? ना मैं ज्यादा नहीं आगी, वो भी हूँ कम करके। मैं भाई पै जा दम लै लै, बीमार ना होके बह जाए। दस की करिए, पैसा उन्होंने मैं हार के जेडे हिसाब ना ड्रिवड़िया मोटर पी जाए ने, बस पाँच सत्त साल दस साल का एंड है। हम अपना चंगा लगता है मोटर मटर छी खुलियाँ देखो, मैं तेरे याद करूँगी भी हाँ की हाल होगा पंजाब का। ले पानी पी ले। ਪੁੱਛਿਆ ਸੀ ਮੈਂ ਕੁਲਵਿੰਦਰ ਨੂੰ, ਮੈਂ ਬਿੰਦਰ ਰੋਟੀ ਰੁਟੀ ਖਾਣ ਆਈ ਨਹੀਂ, ਉੱਥੇ ਟਾਈਮ ਲੱਗ ਗਿਆ ਫਿਰ। ਅਤੇ ਕਹਿੰਦੀ ਬੇਬੇ ਖਾ ਕੇ ਉੱਧਰ ਹੀ ਮੁੜ ਗਿਆ, ਕਹਿੰਦੀ ਲਾਈਟ ਆ ਗਈ ਸੀ ਖੇਤ, ਕਹਿੰਦੀ ਉਹਨੇ ਪਹਿਲੀ ਮੁੜ ਗਿਆ। ਮੈਂ ਚੱਲ ਲਾਈਟ ਤੜਕੇ ਤੜਕੇ ਰਮਾਤੀ। ਅੱਛਾ ਅਤੇ ਉਦੋਂ ਬਾਅਦ ਧੁੱਪ ਚੜ ਗਈ, ਫਿਰ ਉਹ ਪਾਣੀ ਖੜ ਗਿਆ ਵਿੱਚ ਉਹਦੇ, ਫਿਰ ਉਹ ਡੱਬੇ ਨਾਲ ਪਾਣੀ ਕੱਢ ਗਈ। ਜਿੱਥੇ ਪਾਣੀ ਖੜ ਜਾਏ ਫਿਰ ਮੱਚ ਜਾਂਦੀ ਹੈ, ਮੱਚ ਜਾਂਦੀ, ਉਹ ਕੱਢਣਾ ਪੈਂਦਾ, ਉਹ ਕੱਢ ਕੇ ਆਏ ਹੋਰ ਨਹੀਂ। ਅੱਜ ਦੁਪਹਿਰੇ ਉੱਬਲਦਾ ਪਾਣੀ, ਹਾਂ ਹਾਂ ਉੱਬਲ ਦੇ ਨਾਲ ਮੱਚਦੀ ਹੈ। ਪਹਿਲਾਂ ਬੇਬੇ ਸੌਣ ਜੀ ਨਹੀਂ ਲੱਗਦੀ, ਹੋਰ ਮੀਂਹ ਪਾ ਲੱਗਦਾ। ਚਲੋ ਉਹ ਘੱਟ ਲੱਗਦੀ, ਉਹ ਤਾਂ ਬੀਜ ਬੂਜਿਆਂ ਨੂੰ ਧਿਆਨ ਨਹੀਂ ਸੀਗਾ। ਹੁਣ ਤਾਂ 26 ਹੈ, 31 ਹੈ, ਹੋਰ ਹੈ, ਇਹਦੇ ਸੌਣ 'ਚ ਲੱਗਦੀ ਜਿਹੜੀ ਜਿਹੜੀ ਉਹਨੀ ਇਹ ਨਿਕਲ ਆਉਂਦੀ ਹੈ, ਉਹ ਨਹੀਂ ਨਿਕਲ ਆਉਂਦੀ। ਰਿਸੋ ਰਿਸ ਪੰਗਾ ਹੋ ਰਿਹਾ, ਹੋ ਰਿਹਾ ਆਪਾਂ ਤਾਂ ਆਪ ਐਵੇਂ ਵੀ ਕੀਤੀ ਸੀ ਫੱਕ ਸਿੱਟਦੀ। ਹੋਰ ਅੱਜ ਕੱਲ੍ਹ ਤਾਂ ਪਾਣੀ ਪੀਣ ਨੂੰ ਪੂਰਾ ਹੁੰਦਾ, ਖੇਤਾਂ 'ਚ ਮੋਟਰਾਂ ਚੱਲੀ ਜਾਂਦੀਆਂ, ਬੀਜ ਨੂੰ ਪਾਣੀ ਮੁੱਕੂਗਾ, ਮੁਸ਼ਕਲ ਹੋ ਰਿਹਾ। ਫਿਰ ਕੀ ਬਣੂ ਬਿੰਦਰਾ ਪਾਣੀ ਦਾ? ਕੀ ਬਣਨਾ ਸੀਗਾ? ਪਾਣੀ ਤਾਂ ਬਿਨਾਂ ਆਪਾਂ ਨੂੰ ਬਿੰਦਰ ਨਹੀਂ ਸਰਦਾ ਹੈਗਾ ਜਿਵੇਂ ਮੱਛੀ ਪੱਤੇ ਚੜ ਕੇ ਮੁੜਦੀ ਹੈ। ਹਾਂ ਫਿਰ ਇੱਕਦਮ ਜਦੋਂ ਮੁੱਕ ਗਿਆ ਫਿਰ ਬੜਾ ਔਖਾ ਹੋ ਜਾਊ, ਫਿਰ ਬੜਾ ਔਖਾ ਹੋ ਜਾਊ। ਕੀ ਦੁਨੀਆ ਦਾ ਕਿੰਨੇ ਕਿੰਨੇ ਡੂੰਘੀਆਂ ਮੋਟਰਾਂ ਪੈ ਗਈਆਂ, ਪੈ ਗਈਆਂ, ਕਿ ਪੰਜ ਦੀ ਮੋਟਰ ਹੁੰਦੀ ਆ ਆਪਣੇ। ਹਾਂ ਉੱਚਾ ਪਾਣੀ 20 ਦੀ ਮੋਟਰ ਹੈ ਹੁਣ। ਹਾਂ ਉੱਚਾ ਪਾਣੀ ਹੁੰਦਾ, ਉੱਚਾ ਪਾਣੀ ਹੁੰਦਾ। ਹਾਂ ਉੱਚਾ ਪਾਣੀ ਹੁੰਦਾ, 20 ਦੀ ਮੋਟਰ ਵੀ 5 ਦੀ ਮੋਟਰ ਜਿੰਨਾ ਪਾਣੀ ਦਿੰਦੀ ਹੈ, ਦਿੰਦੀ ਹੈ। ਪਾਣੀ ਕਿੱਥੋਂ ਰਹਿਣਾ ਸਾਰੀ ਦੁਨੀਆ ਦਾ? ਫਿਰ ਹੁਣ ਆ ਝੋਨੇ ਨੇ ਪਾਣੀ ਉਹ ਕਰਤਾ ਮੁਕਾਤਾ, ਅੱਗੇ ਤਾਂ ਨਰਮੇ ਹੁੰਦੇ ਬਿੰਦਰਾ, ਨਰਮੇ ਨੂੰ ਇੰਨੇ ਕਿੰਨੇ ਕੁ ਪਾਣੀ ਲੱਗਦੇ ਸੀਗੇ, ਉਹਦੇ ਤਾਂ ਪੈਂਦੇ ਪਾਣੀ ਵੀ ਤਾਂ ਹੀ ਉੱਚੇ ਸੀਗੇ, ਤਾਂ ਹੀ ਉੱਚੇ ਸੀ, ਉੱਚੇ ਪਾਣੀ। ਹਾਂ ਹਾਂ ਔਖਾ ਹੋ ਗਿਆ ਬਹੁਤ, ਕਹੀ ਜਾਂਦੇ ਨੇ ਦੁਨੀਆ ਨੂੰ ਤਾਂ ਕਿ ਬਸ ਇੱਕ ਨਾ ਅੱਧਾ ਦਿਨ 'ਚ ਵੀ ਪੀੜ੍ਹੀ 'ਚ ਪਾਣੀ ਖਤਮ ਹੋ ਜੂਗਾ, ਨਾ ਹੁਣ ਤਾਂ ਲੱਛਣਾਂ ਪਤਾ ਲੱਗੀ ਜਾਂਦਾ। ਹਾਂ ਲੱਗੀ ਜਾਂਦਾ, ਨਿੰਮ ਦੀ ਬੇਬੇ ਸਾਰੇ ਸੁੱਕ ਗਏ, ਉਹ ਕਿੱਕਰਾਂ ਖਤਮ ਹੋ ਗਈਆਂ, ਦਰਖਤਾਂ ਖਤਮ ਹੋ ਜਾਂਦੇ, ਖਤਮ ਹੋ ਜਾਂਦੇ ਨੇ। ਆਪਾਂ ਸਾਹ ਕਿਵੇਂ ਲਾਉਂਗੇ, ਆਪਾਂ ਆਕਸੀਜਨ ਕਿੱਥੇ ਮਿਲੂ ਆਪਾਂ ਨੂੰ? ਸਹੀ ਗੱਲ ਹੈ, ਬੜਾ ਧੱਕਾ ਹੋ ਜਾਂਦਾ, ਹੋ ਗਿਆ। ਨਾਲੇ ਇਹ ਜਿਹੜੇ ਦਰਖਤਾਂ ਦੀ ਆਪਣੀ ਆਹ ਹੁੰਦੀ ਹੈ ਹਵਾ, ਇਹਦੇ ਨਾਲ ਬਿਮਾਰ ਨਹੀਂ ਲੋਕ ਹੁੰਦੇ, ਉਹ ਵੀ ਤਾਂ ਹੈ। ਹਾਂ ਰਿਸ਼ਤੇਦਾਰੀ ਆ ਇੱਥੇ ਰਾਜਸਥਾਨ ਜੇ ਲਵੇ ਹਰਿਆਣੇ ਲਵੇ, ਅੱਛਾ ਉੱਥੇ ਫੁਹਾਰਿਆਂ ਨਾਲ ਰਮਾਉਂਦੇ ਬੇ,
हाय हाय अच्छा बेचारे जब एक बिगी के जाए 11 बजे 12 फारे लाके ते उना गल्ला करके ओ पाइप च पटक फिर गाहा लाउंदे ने फिर गाहा लाउंदे ने क्योंकि पानी दी हरियाणा च पूरी फुल घाट है अच्छा ये राजस्थान दे नाल लगदा है अच्छा राजस्थान दे नाल लगदे करते ओ सरकार ने की कीता पाबंदी ला दी कनेक्शन नहीं होर दंदी अच्छा हां भी कनेक्शन पानी घट है उथे न्यूज़ रंगा ला लो जे अज कल उथे जाना होवे ना बोर मोड़दी है बहुत औखा हो जाए पानी तो बिना तो कुछ भी नहीं बनता की करना पानी रोटी खा ली तू वग जा चंगा चढ़ी धुप आ गई जमी नहीं खड़ा जाता भाई कबाल ऐ लगता जिम्मे बस दिन ही नहीं कदे सी पिया होगा इन्नी धुप तड़की तेज होगी है दस की बने किए काम करे कुलविंदर मैं तो एक मिनट भी नहीं इतने जाया जाता वो तो हजे धन ताकड़ी है जी रोटी टुक कर लेंदी सुंबर सुभराई कर लेंदी भांडा ठीकर इतने मांज लेंदी हैगी मैं तो भाई हों नहीं है मैं तो या तो सिंक च दो भांडे होंगे ने उत्थे मांजदा नहीं हथ मारदा नहीं हाँ तो कुलविंदर तो बड़ा ही औखा है कम करना इन्नी धुप च भांडे तो मांजते रिड़कना धोने वाला रह गया ना बीर पाल आई अज लस्सी लैन अगे वधिया सुनेहा आ जाती उदे कहनी मैं तो लेके जाया करूँ लस्सी लो अज इन्ना 10 बज गए मैं तो मासा कम नबेड़ा सी हुण रिड़कना फिर रह जूगा बिच बेबे वीरपाल लस्सी लैन आई नहीं हैगी नाले तुसीं कहंदे सी कि उह कहंदी मैं रोज़ लैके जाया करूँगी वीरपाल आऊगी लस्सी लैन कुलविंदर तू ऐ कर तू जाके अंदर पै जा लस्सी पई रहन दे मैं इत्थे बैठी हाँ मैं लस्सी पा दूँगी वो कल्ली है लेट हो गई हूँ कम कर दिए सारे वो बेचारी तू अंदर जाके पै जा मैं हैगी इत्थे ठीक है बेबे मैं तो रिड़कना तो जग च करती लस्सी वो तुसी पा दे वीरपाल नूं मैं तो पैनी हैगी दुपहर हो गया अज लेट वाला हो गया वीरपाल हो बैठी मासी खुगी अज तो वाली लेट हो गई आ जा इन्ने क वेले वीरपाल कानू मासी पुछदी है करी नहीं सी कोई हैगा ता करके बस लेट हो गई बैठ जा दो मिनट हाँ बस बैठन दा टाइम तक किथे मिनटा पैदी क वेला मैं तो तेरी मारी धुप्पे मची जानी आ अच्छा डिकी जानी ओ डिकी जानी मैं जवाक चल लस्सी पी लैणगे अच्छा होर हार के हुण कुलविंदर नूं आखा भाई ओ कहंदी बेबे रिड़कना मैं रिड़कना तां धो दे भाई महा ओ लस्सी लैणा ओ वीरपाल ना ना मासी नहीं तां मैं स्नेही आ जांदी बस ओ संदीप नहीं आया हैगा बाहरों ओनू डिकी गई मैं तो आप आख्या महा मासी डिकी जांदी होगी आखू मैं तो इन्नी मच गई धुप्पे नाल छेक मारी तेरी मारी बैठी हां मैं होर हुण होर पा दे केरा मैं स्नेहा आया घर ना ना कोई ना मासी होर ठीक है अज तो मैनू बाली कवेड़ा हो गया होर होर ला दस कम करके आई है की करे कल्ली जानी हैगी जाके रोटी बुरकी खानगी
ਲੈ ਵੀਰਪਾਲ ਮੈਂ ਤਾਂ ਤੇਰੀ ਮਾਰੀ ਬੈਠੀ ਉਦੋਂ ਦੀ ਮੈਂ ਤਾਂ ਅੰਦਰ ਪੈਂਦੀ ਹਾਂ ਜਾ ਕੇ ਹੁਣ ਧੁੱਪ ਵਾਲੀ ਚੜ ਗਈ ਠੀਕ ਆ ਹੋਰ ਧੁੱਪ ਵਾਲੀ ਹੈ ਹੋਰ ਹੁਣ ਸੁਨੇਹਾ ਆਇਆ ਕਰਨ ਵਾਲੀ ਨਾ ਕੋਈ ਨਾ ਕੁਲਵਿੰਦਰ ਕਿੱਧਰ ਗਈ ਆ ਬੇਬੇ ਕੁਲਵਿੰਦਰ ਤਾਂ ਆਪ ਅੰਦਰ ਪੈ ਗਈ ਹੁਣ ਕੰਮ ਧੰਦਾ ਕਰਕੇ ਚੱਲ ਠੀਕ ਆ ਚੱਲ ਕੋਈ ਨਾ ਹਾਂ ਦੁਪਹਿਰਾ ਵਾਲਾ ਹੋ ਰਿਹਾ ਪੈ ਜਾ ਪੜ ਗਈ ਅੰਦਰ ਪੜ ਗਈ ਨਹੀਂ ਹੁਣ ਲਾਵਾਂ ਦਾ ਤਾਂ ਲੋਟ ਹੀ ਨਹੀਂ ਆਉਂਦੀ ਹੈਗੀ ਕਾਨੂੰ ਦਿੰਦੀਆਂ ਨੇ ਭੁੱਖੀਆਂ ਅੰਗੂਰ ਖਾਣਾ ਕੋਈ ਦੇਖ ਕੇ ਬੇਵਾ ਭੱਜੀ ਆਊਗੀ ਰਾਮਣ ਨਾ ਇਹ ਕਾਨੂੰ ਦਿੰਦੀਆਂ ਅੰਗੂਰ ਬਾਦਲੇ ਲੈ ਰੱਖੇ ਨੇ ਉਹਦੇ ਕਹਿੰਦੀਆਂ ਕੱਚੇ ਨੇ ਹੁਣ ਦਿਖਾ ਫਿਰ ਰੋਕ ਕੇ ਕੀ ਕਰ ਲੇਂਗੀ ਨਹੀਂ ਮੈਂ ਮਰ ਜਾ ਆਪੂ ਵੀਰਪਾਲ ਤੇ ਜੈ ਖੰਡ ਅੰਗੂਰ ਲੈ ਗਈ ਤੋੜ ਕੇ ਹਾਏ ਮੈਂ ਮਰ ਜਾ ਨਹੀਂ ਤੈਨੂੰ ਚਾਰ ਗੁੱਸੇ ਲੱਗੀ ਕੀ ਹੋ ਗਿਆ ਤੁਹਾਨੂੰ ਬੇਬੇ ਵੀਰਪਾਲ ਸਾਰੇ ਅੰਗੂਰ ਲੈ ਗਈ ਤੋੜ ਕੇ ਬੂ ਪੁਜਾਇ ਵੱਡਿਆਂ ਦੀ ਹੈ ਆ ਕੀ ਮਿਲੇਗੀ ਦੇ ਤਾਂ ਸਹੀ ਉਹ ਤਾਂ ਸਾਰੀ ਲੈ ਗਈ ਤਿੰਨ ਚਾਰ ਗੁੱਸੇ ਇੰਨੇ ਲੈ ਗਈ ਤੋੜ ਕੇ 2 ਕਿਲੋ ਪੱਕੇ ਬੂ ਮਰ ਜਾ ਤੈਨੂੰ ਕਿਤਾ ਲੱਗ ਗਿਆ ਬੇਬੇ ਮੇਰਾ ਕੁਦਰਤੀ ਖੜੀ ਹੋਈ ਸੀ ਪਈ ਪਈ ਮੈਂ ਖਲਮਾ ਚਪਲਾ ਪਾਉਂਦੀ ਸੀ ਨਹੀਂ ਮੈਂ ਤਾਂ ਦੋ ਨਹੀਂ ਲੱਸੀ ਫੜਾ ਕੇ ਮੈਂ ਤਾਂ ਅੰਦਰ ਆ ਬੜੀ ਬੌਲੀ ਨਹੀਂ ਮੈਨੂੰ ਤਾਂ ਪਤਾ ਨਹੀਂ ਲੱਗਿਆ ਤੈਨੂੰ ਪੁੱਛਿਆ ਸੀ ਉਹਨੇ ਅੱਛਾ ਬੇਬੇ ਕੁਲਵਿੰਦਰ ਕਿੱਥੇ ਮਾਸੀ ਕਹਿੰਦੀ ਮਾਂ ਵੀ ਕੁਲਵਿੰਦਰ ਤਾਂ ਪੈ ਗਈ ਕੰਮ ਧੰਦਾ ਕਰਕੇ ਮਹਾਂ ਮੈਂ ਤਾਂ ਆਪ ਇੰਨੀ ਆਗੀ ਧੁੱਪ ਚੜੀ ਪਈ ਮੈਂ ਤੇਰੀ ਮਾਰੀ ਬੈਠ ਗਈ ਇੱਥੇ ਮਹਾਂ ਕਰਦੀ ਮੱਛੀ ਜਿਹੜੇ ਧੁੱਪੇ ਮੈਂ ਤੁਸੀਂ ਨਿਹਾਇਆ ਕਰ ਲੱਸੀ ਲੈਣ ਮਹਾਂ ਹੁਣ ਮੈਨੂੰ ਕੀ ਸੁਪਨਾ ਆਉਂਦਾਗਾ ਬੇਬੇ ਉਹ ਤਾਂ ਉਹੀ ਗੱਲ ਹੈ ਲੇਟ ਲੂਟ ਕੰਮਾਂ ਚ ਕੰਮ ਹੋਈ ਹੈ ਉਹ ਤਾਂ ਬੈਲਤਰੀ ਮਾਰੀ ਉਹਨੂੰ ਪਤਾ ਸੀਗਾ ਤਾਂ ਹੀ ਤਾਂ ਫਿਰ ਲੋਕ ਚੀਜ਼ਾਂ ਦਿੰਦੇ ਲੱਸੀ ਪਾਣੀ ਜਵਾਬ ਦੇਣ ਦਾ ਆਲਾ ਮੈਂ ਤਾਂ ਲੋਦੀ ਕੀ ਆਖਿਆ ਸੀਗਾ ਬੂ ਮੈਂ ਮਰ ਜਾਂ ਲੈ ਦੇ ਦੱਸ ਮੈਨੂੰ ਹਾਂ ਉਹਨੂੰ ਆਈ ਪਤਾ ਸੀ ਵੀ ਇਹ 10 ਵਜੇ ਨੂੰ ਅੰਦਰ ਵੜ ਜਾਂਦੀਆਂ ਨੇ ਤਾਂ ਹੀ ਲੇਟ ਆਈ ਆ ਜਿੰਨੇ ਕਿ ਲੈਗੀ ਉਹ ਤਾਂ ਬੇਬੇ ਇੰਨੇ ਲੈਗੀ ਬੂ ਮਰ ਜਾ ਨਹੀਂ ਉਹ ਤਾਂ ਹੋਣਗੇ ਘੱਟੋ ਘੱਟ 2 ਕਿਲੋ ਪੱਕੇ 2 ਕਿਲੋ ਲੈ ਕਰਤਾ ਨੁਕਸਾਨ ਆਪਣਾ ਤਾਂ ਕਰਤਾ ਉਹੀ ਤਾਂ ਗੱਲ ਦੇ ਦੋ ਰੱਸੀਆਂ ਆਪਾਂ ਤਾਂ ਹਜੇ ਤੋੜੇ ਵੀ ਨਹੀਂ ਹੈਗੇ ਲੈ ਕੱਚੇ ਨੇ ਪੈਣੇ ਪੱਜੀ ਕਰਤੀ ਮਹੂਰਤ ਉਹਨੇ ਤਾਂ ਗੱਲ ਕੋਈ ਉਹੀ ਤਾਂ ਗੱਲ ਕੋਈ ਨਾ ਕੱਲ ਨੂੰ ਆਉਂਦੇ ਸੋਚਣਾ ਕਰ ਹੁਣ ਦੱਸਾਂਗੇ ਆਪਾਂ ਨਾਲੇ ਆਪਾਂ ਰੱਖੀ ਰੱਖਾਂਗੇ ਨਹੀਂ ਤੁਸੀਂ ਉਹਨੂੰ ਕਹੇ ਨਾ ਦਿਓ ਆਉਂਦੀ ਉਹਨੂੰ ਨਾ ਕਹੋ ਨਾ ਮੈਂ ਨਹੀਂ ਕਹਿੰਦੀ ਹਾਂ ਹਾਂ ਆਪਾਂ ਪਹਿਲਾਂ ਤਾਂ ਉਹਨੂੰ ਪੁੱਛਾਂਗੇ ਅੱਛਾ ਪਰ ਤੇ ਆ ਕੇ ਠੀਕ ਹੈ ਹਾਂ ਵੀ ਫਿਰ ਤਾਂ ਵੀ ਇਥੋਂ ਅੰਗੂਰ ਟੁੱਟ ਗਏ ਵੀ ਕੀ ਪਤਾ ਨਹੀਂ ਕੌਣ ਲੈ ਗਿਆ ਜੇ ਤੂੰ ਨਾ ਹੁੰਦੀ ਕੀ ਬਣਦਾ ਆਪਾਂ ਨੂੰ ਕਿਹੜਾ ਪਤਾ ਲੱਗਦਾ ਸੀਗਾ ਆਪਾਂ ਨੂੰ ਕਿੱਥੇ ਪਤਾ ਲੱਗਦਾ ਸੀ ਬੇਬੇ ਹੋਰ ਨਹੀਂ ਤਾਂ ਉਹਦੇ ਚੀਕੂ ਕੁਝ ਦੀ ਸੀ ਹੋਰ ਲੱਗਦੀ ਸੀ ਆ ਤਾਂ ਜਮੀ ਕਮਾਲ ਹੀ ਕਰ ਗਈ ਲੈ ਦੇਖ ਲੈ ਬੇਬੇ ਅੱਖਾਂ 'ਚ ਘੱਟਾ ਪਾ ਹਾਂ ਬਿੰਦਰ ਨੂੰ ਆ ਜਾਂਦੇ ਕੋਈ ਨਾ ਦੱਸਾਂਗੇ ਉਹਨੂੰ ਵੀ ਬੜਾ ਮਾੜਾ ਕੰਮ ਕਰਿਆ ਆਪਾਂ ਹੋਰ ਬਹਿ ਜਾ ਵੀਰਪਾਲ ਨੇ ਤਾਂ ਆ ਤਾਂ ਮਸਾ ਆਰਾਮ ਕਰਨ ਦਾ 2 ਮਿੰਟ ਟਾਈਮ ਲੱਗਾ ਹਾਂ ਲੈ ਤੈਨੂੰ ਸਾਰਾ ਕੁਝ ਦੀਦਾ ਮੈਂ ਤਾਂ ਬੌਲੀ ਜਮੀ ਨਹੀਂ ਪਤਾ ਸੀ ਮੈਂ ਤਾਂ ਨਹੀਂ ਇੱਥੇ ਅੱਖਾਂ ਮਿਚ ਕੇ ਹੀ ਪੈ ਜਾਂਦੀ ਮੈਂ ਤਾਂ ਖਿਆਲ ਨਹੀਂ ਕਰਦੀ ਕੁਲਵਿੰਦਰ ਮੈਂ ਤਾਂ ਪਈ ਪਈ ਬੇਬੇ ਖੜੀ ਜੀ ਹੋਣ ਲੱਗੀ ਸੀ ਮਾਂ ਚੱਪਲਾਂ ਜੀ ਪੌਣੀ ਪੌਣੀ ਮੇਰੇ ਐ ਟੇਢੀ ਨਿਗਾ ਪੈ ਗਈ ਉਹਦੀ ਅੱਛਾ ਹਾਂ ਦੱਸੋ ਹੋਰ ਨੂੰ ਕਿੱਥੋਂ ਪਤਾ ਲੱਗਦਾ ਸੀਗਾ ਲੈ ਜਾਇ ਵੱਡਿਆਂ ਨੇ ਕਿੱਡਾ ਮਾੜਾ ਕੰਮ ਕਰਿਆ ਹਨ ਲੈ ਤਸੱਲੀ ਹੈਗੀ ਕਿਸੇ ਤੇ ਤਵਾਰੀ ਅੱਜ ਕੱਲ ਤਵਾਰੀ ਕਰ ਲੈ ਬੇਬੇ ਜਮੀ ਲੋੜਾ ਚੋਰੀ ਕਰੀ ਦੇਖ ਲਓ ਉਹ ਵੀ ਅੰਗੂਰਾਂ ਦੀ ਉਹ ਵੀ ਅੰਗੂਰਾਂ ਦੀ ਕੋ ਚੱਜ ਦੀ ਚੀਜ਼ ਤਾਂ ਕਰਦੀ ਕੰਮ ਆਉਂਦੀ ਕੀ ਖਾਦੇ ਦਾ ਖਾਣਾ ਹਾਂ ਨਾ ਇਹ ਉਹ ਕਿਹੜਾ ਹਜੇ ਕੱਚੇ ਨੇ ਉਹ ਕਿਹੜਾ ਹਜੇ ਪੱਕੇ ਹੋਏ ਨੇਗੇ ਪੁੱਛਾਂ ਹੋਵੇ ਕੋਈ ਕਰਤਾ ਨੁਕਸਾਨ ਆਪਣਾ ਤਾਂ ਉਹੀ ਤਾਂ ਗੱਲ ਬਿੰਦਰਾ ਵੀਰਪਾਲ ਤਾਂ ਅੰਗੂਰਾਂ ਦੀ ਕਮਾਲ ਕਰਤੀ ਹੋਰ ਬੇਬੇ ਲੈ ਜੇ ਉੱਥੇ ਕੁਲਵਿੰਦਰ ਨਾ ਹੁੰਦੀ ਲੈ ਮੈਨੂੰ ਤਾਂ ਪਤਾ ਹੀ ਨਾ ਲੱਗਦਾ ਉਹ ਤਾਂ ਕੁਲਵਿੰਦਰ ਦੀ ਪਤਾ ਨਹੀਂ ਕਿਵੇਂ ਨਿਗਾਹ ਪੈ ਗਈ ਉਹ ਤਾਂ ਪਈ ਸੀਗੀ ਬੇਬੇ ਉਹ ਚੰਗਾ ਨਹੀਂ ਕੀਤਾ ਵੀਰਪਾਲ ਨੇ ਆਪਾਂ ਲੱਸੀ ਪਾਣ ਨੂੰ ਕੋਈ ਜਵਾਬ ਨਹੀਂ ਦਿੱਤਾ ਮੇਰੇ ਗਵਾਂਢ ਮੱਥਾ ਨਾ ਹਾਂ ਵੀ ਗੂੰਗੂਰਾਂ ਦੀ ਗੱਲ ਕਿੱਡੀ ਕਹਿ ਗਈ ਕਿੱਡੀ ਕਹਿ ਕਹਿੰਦੀ ਤਾਂ ਹੈ ਜੀ ਹੋ ਬਿੰਦਰ ਇੱਕ ਦਿਨ ਹਾਂ ਕਹਿੰਦੀ ਅੰਗੂਰ ਤੁਹਾਡੇ ਅੰਗੂਰ ਵੀ ਲੱਗ ਰਹੇ ਨੇ ਕਹਿੰਦੀ ਚੀਕੂ ਵੀ ਮੈਂ ਕਿਹਾ ਭਾਈ ਚੀਕੂ ਵੀ ਸਾਡੇ ਕੱਚੇ ਨੇ ਤੇ ਅੰਗੂਰ ਵੀ ਸਾਡੇ ਕੱਚੇ ਨੇ ਹਾਂ ਤੇ ਆਏ ਜੇ ਮੈਂ ਕਹਿਤਾ ਤੇ ਮੈਨੂੰ ਹਜੇ ਵੀ ਬੜੇ ਕਿਰੇ ਨੇ ਹੈਗੇ ਹਜੇ ਵੀ ਕਿਰੇ ਨਹੀਂ ਹਰੇ ਪਏ ਨੇ ਹਜੇ ਇਹ ਤਾਂ ਜੀ ਕਿਰ ਗਏ ਫਿਰ ਪੀਲੇ ਹੋ ਜਾਣਗੇ ਹਾਂ ਹਾਂ ਮੈਂ ਤਾਂ ਆਪ ਤਾਂ ਕਹਿਨੀ ਆ ਲੈ ਜੇ ਹੁਣ ਕੁਲਵਿੰਦਰ ਨਾਲ ਹੁੰਦੀ ਮੈਨੂੰ ਹੁਣ ਕੀ ਸੁਪਨਾ ਆਉਂਦਾ ਸੀਗਾ ਪਰ ਵੀਰਪਾਲ ਤਾਂ ਇਹ ਹੋ ਗਿਆ ਵੀ ਮੈਨੂੰ ਤਾਂ ਹੁਣ ਤੋੜਨੀ ਨਹੀਂ ਦੇਣੇ ਤਾਂ ਕਿਰਨ ਦਿੰਦੀ ਨਹੀਂ ਬੇਬੇ ਦਾ ਕਹਿੰਦੇ ਕੱਚੇ ਕੱਚੇ ਕਹੀ ਜਾਂਦੀ ਹੈ ਉਹ ਮੈਂ ਕਹਤਾ ਪੱਟ ਪੈਂਦੀ ਨੇ ਵੀ ਲੈ ਵੀਰਪਾਲ ਪਈ ਲੱਸੀ ਫੜ ਮੈਂ ਤਾਂ ਆਪਦਾ ਪੈਨੀ ਆ ਕਹਿੰਦੀ ਮਾਸੀ ਕੁਲਵਿੰਦਰ ਕਿੱਥੇ ਹੈ ਮਹੋਂ ਤਾਂ ਪਈ ਗਈ ਭਈ ਅੰਦਰ ਆਏ ਬੜੀਆਂ ਗੱਲ ਕੇ ਲੈ ਜਾਂਦੀ ਕੀ ਗੱਲ ਸੀ ਆਪਾਂ ਕਿਰ ਜਾਂਦੇ ਪਾ ਦੇ ਜਾਂਦੇ ਉਹ ਆਈ ਨਹੀਂ ਕਿਹਾ ਵੀਰਪਾਲ ਨੂੰ ਵੀ ਕਿਰ ਜਾਂਦੇ ਭਾਈ ਫੇਰ ਲੈ ਜੀ ਉਹਨੂੰ ਤਾਂ ਆਈ ਹੋ ਗਿਆ ਵੀ ਮੈਨੂੰ ਤਾਂ ਸਿੱਧੇ ਹੀ ਜਵਾਬ ਦੇਤਾ ਫਿਰ ਮੈਨੂੰ ਕਿਹੜਾ ਇਹ ਪਤਾ ਸੀ ਕੁਲਵਿੰਦਰ ਉਹ ਹੁੰਦੀ ਉਹ ਅੱਛਾ ਹੁੰਦੀ ਹੈ ਅੱਛਾ ਨਹੀਂ ਖਾਸੇ ਗੁੱਸੇ ਲੱਗ ਰਹੇ ਨੇ ਕਿਤੇ ਗਿਣਤੇ ਵੀ ਨਾ ਰੱਖ ਰੱਖੇ ਹੋਣ ਇਹਨਾਂ ਨੂੰ ਤਾਂ ਕਿਤੇ ਹੋਰ ਪਤਾ ਲੱਗ ਗਿਆ ਹੋਵੇ ਚੱਲ ਦੇਖਦੀ ਹਾਂ ਜਾ ਕੇ ਕਿਤੇ ਹੋਰ ਮਾਗਰ ਪੈ ਜਾਣ ਕੱਪੜੇ ਤੈਅ ਲੈ ਲਈ ਮਸੀ ਹਾਂ ਲਾ ਕੇ ਤੇ ਵੀ ਭਾਂਗੋ ਅੱਛਾ ਹੋਰ ਕੱਪੜੇ ਤੈਅ ਮਾਰ ਕੇ ਸੀ ਅੰਗੂਰ ਖਾਈ ਜਾਂਦੇ ਹੈ ਹੋਰ ਅੱਛਾ ਹਾਂ ਵਧੀਆ ਪੀਲੇ ਹੋ ਰਹੇ ਨੇ ਹੁਣ ਤਾਂ ਨਾ ਵਧੀਆ ਸਵਾਦ ਲੱਗਦੇ ਨੇ ਪੀਪਲ ਹਜੇ ਤਾਂ ਕੱਚੀ ਨੇ ਭਾਈ ਤਾਂ ਤੋੜ ਤਾਂ ਲਿਆ ਹਾਂ ਤਾਂ ਪੀਲੇ ਕਰ ਨਹੀਂ ਪੀਲੇ ਹੋ ਰਹੇ ਨੇ ਅੱਛਾ ਹਾਂ ਪੀਲੇ ਕਿੱਥੋਂ ਨੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਨਹੀਂ ਮਿੱਠੇ ਨੇ ਅੰਗੂਰ ਤਾਂ ਮਿੱਠੇ ਨੇ ਹਾਂ ਤੈਨੂੰ ਕਿਤਾ ਲੱਗ ਗਿਆ ਲੈ ਦਿਸੀ ਜਾਂਦੇ ਨੇ ਹੋਰ ਪੀਲੇ ਹੋਏ ਪੈਣੇ ਜਦੋਂ ਮੇਰੇ ਪਾਸ ਦੇਖ ਕੇ ਦੱਸ ਦੇਖ ਕੀ ਪਤਾ ਲੱਗ ਜਾਂਦਾ ਹੋਰ ਮਿੱਠੇ ਹੋ ਗਏ ਹੋਰ ਕਮਾਲ ਦੀ ਹੈ ਆਏ ਲੱਗਦਾ ਜਿਵੇਂ ਨਹੀਂ ਖਾਦੇ ਹੁੰਦੇ ਨੇ
बेबे कि मैं इन अंतरे जे ले जाती गल तो कोई हैगी है, मैंने तो लगता इन्हों सक सुकना हो पता भी ना लग गया हो। चल बेबी मैं लस्सी दे जवाब दी तू साडे अंगूर ता लेगी तू मुकर दी का तू आगी कदों लेगी लस्सी लेना आई जी तू तेन कहना कौन सी मैं कहनी आ तू ता अंदर बागे थी ओदो अंदर बागी सी नाले मैं हां मैंने कुलविंदर बारे पूछा सीगा लबिर का जवाब दिया कोई मन गी हां तू ता अंदर बागे सी तू ता हां फिर अंदर बागे थी फिर मैं ता ओदो बाद तुरपी बता दे घर नु गई छोड़े सामने ओदी जो तुसी अंदर बागे मैं घर नु बागी तू कुलविंदर बोल मारी बोल मार दे मैं कुलविंदर नु खड़ जा कुलविंदर खड़िया मैं तले उरिया फिर बेबी मैं तेनू ओदे आख्या अंगूर पक रहे ने सोडे भी फिर तू मेनू ओदे क्यों नहीं दिते ओदे दे दिंदी अंगूर फिर मेरा जी करदा थी बस जिम्मे मेनू लोट लग्या मैं फिर उम्मी जे क्यों सीधी उंगली नाल ना निकले ता टेढ़ी कर ले फिर बस हां फिर मैं लाएगी फिर दे दिंदी तू ओदे इक गुस्से नाल सर जांदा फिर मेनू आए हुआ भी यही नहीं लोट आए कर दी है ले जावा एक गुस्सा फिर कि गल है छोटे जवाका ने खा ले साडे ने खा ले गवान मत्था कोई नी बीरपाल गुस्सा लाएगी दो लाएगी पर तू ले जांदी बीरपाल मंग के चोरी करनी भेने माड़ी हुंदी आस गवान दे विच चल वो तो ठीक है वो मंगया बराबरी थी जद मैं कही दिता थी भी अंगूर पक रहे ने बेबे ने आई नी कहा भी भाई चल तू भी खा ला दो अंगूर कुमार आए कि मैं ले जूंगी फिर ओदे दे दिंदी तू जदों ना तू हिलाती साडी नहीं हिलाउंदी तू ही तू मैं लस्सी दी कुट दे दे बेबे लस्सी तो पाई दिंदी बिल्कुल ऐ नहीं करना चाहिदा भाई पुछ के लाई जांदी तू बेबे तो होर चल कोई ना भाई अगे तन कर दे बेबे इन्ना नहीं जबाका ने खाले के अपने किन्ने ओ खड़े ने किन्ने कौन दो पता किदे खड़े ने आई नहीं मतन कहदी नहीं भाई बेबे थोड़ा जे ज्यादा कर दिया मैं नहीं कहदी ले जांदी भी पक्का जांदे कमांड बत्ती की पक्की करना पक्की जांदे चल तोड़ के ले जांदी आए तो नहीं मैं हटाऊंगा ओ तो माड़ी गल है हां चोरी माड़ी हुंदी है लो अंगूर तो बथेरे लगे पैने मैं होर लेके दे मैं तोड़ के ना बस पैने मैं तो रज ली बस ओ तां बीरपाल ओही मजबूर हो गई जी करे होर ओदे तां मेरा इन्ना जी करदा ती ओदे तां तुसी दित्ते नहीं तोड़ के हुण कहंदी होर लिया के देवा मां देख ला भाई बस देती शाबाश होर हट लेगी नाले हजाकर कर दी ले बीरपाल जवाक मांगदे होणगे आ रह जा तू जे तैनु हो चंगा गुस्सा लगदा ओ तोड़ के ले जा ना बस मासी साडे तां ओदे वाली पए ने पेंडू लोक पीवी कत्ती वध तों वध लाइक ते शेयर करना जी थोड़े वास्ते वधिया वधिया वीडियो लेके आवांगे जी हाँ जी कमेंटा ने जिन्हें वीर भैन ने सू कमेंट कर जी उन्होंने नाम हाँ जी जग्गा काले के सीरा भुलर भुलर पिंडा वाले पी वी उन्नी धालीवाल साहब सिकंदर सिंह सिकंदर असपाल परमजीत गुरम हरप्रीत सिंह गुरमुख बराड सरी कनेडा रमान सिंह सुखमनप्रीत कौर खालसा करमजीत कौर बपियाना बाई सनी धन्यवाद जी सू कमेंट करने के लिए सत श्रीकाल।